ਲੋ ਦੋਸਤੋ, ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਬੈਕਲੌਗ ਦੇ ਲਈ ਇੱਕ ਨਵਾਂ ਨੋਟਿਸ, ਜਿਸ ਨੂੰ ਕਿ ਆਪਾਂ ਅੱਜ ਪੂਰਾ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਜਿਵੇਂ ਕਿ ਆਪਾਂ ਨਿਟੀਡੀ ਡਾਟਸ ਰਨਵੇ 23-24 ਅਤੇ ਹੋਰ ਮਾਸਟਰ ਕਾਡਰ ਜਾਂ ਹੋਰ ਵੀ ਕਿਸੇ ਮਹਿਕਮੇ ਦੇ ਵਿੱਚ ਖਬਰਾਂ ਦੀ ਗੱਲ ਕਰੀਏ, ਪੋਸਟਾਂ ਦੀ ਗੱਲ ਕਰੀਏ, ਤਾਂ ਬੈਕਲੌਗ ਪੋਸਟਾਂ ਦਾ ਅਹਿਮ ਰੋਲ ਹੁੰਦਾ ਹੈ, ਜਿਨ੍ਹਾਂ ਨੂੰ ਕਿ ਬਹੁਤ ਹੀ ਲਮਕਾ ਲਮਕਾ ਕੇ ਜਾਂ ਕਹਿ ਲਈਏ ਕਿ ਬਹੁਤ ਹੀ ਘੱਟ ਬੇਸਿਸ 'ਤੇ ਭਰਿਆ ਜਾਂਦਾ। ਪਰ ਇਹ ਨੋਟਿਸ ਹੁਣ ਥੋੜ੍ਹਾ ਜਿਹਾ ਉਹਨਾਂ ਦੇ ਵਿੱਚ ਬਦਲਾਵ ਵੀ ਕਰੇਗਾ। ਇਹ ਨੋਟਿਸ ਕੀਤਾ ਗਿਆ ਹੈ ਜਾਰੀ ਜਿਹੜਾ ਪੰਜਾਬ ਸਰਕਾਰ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵਿਸ਼ੇਸ਼ ਪਲਾਈ ਸੈੱਲ ਵੱਖ ਵੱਖ ਵਿਭਾਗਾਂ ਵਿੱਚ ਅਨੁਸੂਚਿਤ ਜਾਤੀਆਂ ਨੂੰ ਬੈਕਲਾਗ ਨੂੰ ਪਹਿਲ ਦੇ ਆਧਾਰ 'ਤੇ ਭਰਨ ਬਾਰੇ ਇਹ ਪੱਤਰ ਜਾਰੀ ਕੀਤਾ ਗਿਆ। ਉਹਨਾਂ ਨੇ ਇਸ ਦੇ ਵਿੱਚ ਕੀ ਲਿਖਿਆ ਕਿ ਸਮੂਹ ਵਿਸ਼ੇਸ਼ ਮੁੱਖ ਸਕੱਤਰ, ਵਧੀਕ ਮੁੱਖ ਸਕੱਤਰ, ਪ੍ਰਮੁੱਖ ਸਕੱਤਰ, ਬਾਕੀ ਜਿਹੜੇ ਵੀ ਹੈਗੇ ਨੇ ਸਰਕਾਰ, ਕਿਰਪਾ ਕਰਕੇ ਉਪਰੋਕਤ ਵਿਸ਼ੇ 'ਤੇ ਇਸ ਪੱਤਰ ਵੱਲ ਧਿਆਨ ਦੇਣ ਦੀ ਖਿੱਚ। ਇਸ ਨੋਟਿਸ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਵਿਸ਼ਾ ਅੰਕਿਤ ਮਾਮਲੇ ਸੰਬੰਧੀ ਹਵਾਲੇ ਅਧੀਨ ਪੱਤਰ ਦੀ ਲਾਗਤਾਰਤਾ ਵਿੱਚ ਲਿਖਿਆ ਜਾਂਦਾ ਹੈ ਕਿ ਆਪਣੇ ਵਿਭਾਗਾਂ ਤੇ ਵਿਭਾਗਾਂ ਅਧੀਨ ਆਉਂਦੇ ਅਦਾਰਿਆਂ ਨੂੰ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਬੈਕਲੌਗ ਨੂੰ ਪਹਿਲ ਦੇ ਆਧਾਰ 'ਤੇ ਭਰਿਆ ਜਾਵੇ ਅਤੇ ਇਸ ਨੂੰ ਪਰਮ ਅੱਗੇ ਦਿੱਤੀ ਜਾਵੇ। ਇਸ ਪੱਤਰ ਦੀ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤਾ ਜਾਂਦਾ ਹੈ। ਮਤਲਬ ਕਿ ਜਿਹੜੀਆਂ ਵੀ ਬੈਕਲੌਗ ਪੋਸਟਾਂ ਨੇ ਹੁਣ ਦੋਸਤੋ, ਉਹਨਾਂ ਦੇ ਵਿੱਚ ਜਿਹੜੀਆਂ ਆਪਣੇ ਐਸਸੀ ਕੈਟਾਗਰੀ ਦੇ ਨਾਲ ਸੰਬੰਧਿਤ ਹੁੰਦੇ ਨੇ, ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਭਰਨ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ। ਸੋ ਜਿਵੇਂ ਕਿ ਆਪਾਂ ਜੇਕਰ ਨਾਟ ਸਰਵੇ ਬੈਕਲੌਗ ਪੋਸਟਾਂ ਦੀ ਗੱਲ ਕਰੀਏ, ਤਾਂ ਇਹਦੇ ਵਿੱਚ ਜਿਹੜੀਆਂ ਬੈਕਲੌਗ ਪੋਸਟਾਂ ਨੇ ਉਹਦੇ ਵਿੱਚ ਕੈਟਾਗਰੀ ਵਾਈਜ਼ ਜੇਕਰ ਗੱਲ ਕਰੀਏ ਤਾਂ ਐਸਸੀ ਦੀਆਂ ਪੋਸਟਾਂ ਜਲਦ ਤੋਂ ਜਲਦ ਭਰਨ ਲਈ ਇੱਕ ਨੋਟਿਸ ਹੈ, ਜੇਕਰ ਆਪਾਂ ਇਸ ਇੱਕ ਪ੍ਰੈਕਟੀਕਲ ਵੇ ਦੇ ਨਾਲ ਮੰਨ ਕੇ ਚੱਲੀਏ ਤਾਂ। ਪਰ ਇਹ ਨੋਟਿਸ ਹੁਣ ਕਿੰਨਾ ਕੁ ਕਾਰਗਰ ਸਾਬਿਤ ਹੁੰਦਾ ਹੈ, ਇਹ ਤਾਂ ਹੁਣ ਵਿਭਾਗਾਂ 'ਤੇ ਹੀ ਹੈ, ਕਿਉਂਕਿ ਦੇਖੋ ਸਰਕਾਰ ਬਹੁਤ ਸਾਰੇ ਨੋਟਿਸ, ਬਹੁਤ ਸਾਰੀਆਂ ਸਹੂਲਤਾਂ ਜਾਰੀ ਕਰਦੀ ਹੈ। ਪਰ ਇਹ ਅੱਗੇ ਹਰੇਕ ਵਿਭਾਗ ਦੀ ਆਪਣੀ ਆਪਣੀ ਨਾਕਾਮੀ ਹੁੰਦੀ ਹੈ, ਜਾਂ ਕਹਿ ਲਈਏ ਕਿ ਆਪਣੇ ਆਪਣੇ ਵਿਚਾਰ ਹੁੰਦੇ ਨੇ ਕਿ ਉਹ ਕਿੰਨੀ ਛੇਤੀ ਇਹਨਾਂ ਨੂੰ ਲਾਗੂ ਕਰਦੇ ਨੇ ਅਤੇ ਕਿਸ ਤਰੀਕੇ ਦੇ ਨਾਲ ਲਾਗੂ ਕਰਦੇ ਨੇ। ਬਾਕੀ ਬੈਕਲੌਗ ਦੀਆਂ ਪੋਸਟਾਂ ਜਲਦੀ ਜਾਰੀ ਹੋਣ ਦਾ ਚਾਂਸ ਹੈ, ਕਿਉਂਕਿ ਜਿਸ ਤਰ੍ਹਾਂ ਦੀਆਂ ਖਬਰਾਂ ਵੀ ਆ ਰਹੀਆਂ ਨੇ। ਪਰ ਇਸ ਦੇ ਲਈ ਤੁਹਾਨੂੰ ਜਿਹੜੇ ETT ਵਾਲੇ ਬੱਚੇ ਨੇ, ਉਹ 98 ਦਾ ਜਿਹੜਾ ਮੋਰਚਾ ਲੱਗਿਆ ਹੋਇਆ, ਜਿਹੜਾ ਬੱਚੇ ਗਏ ਹੋਏ ਨੇ ਧਰਨੇ 'ਤੇ, ਉਹਨਾਂ ਦਾ ਜ਼ਰੂਰ ਸਾਥ ਦਿਆ ਕਰੋ। ਅਤੇ ਬਾਕੀ ਇਸ ਵੀਡੀਓ ਬਾਰੇ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਈ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ। ਅਤੇ ਧੰਨਵਾਦ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ।